ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦਾ ਮੁੱਖ ਮੁੱਦਾ ਰਹੇਗਾ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਿਤ ਕਰਨ ਲਈ ਬਣਾਈ ਗਈ ਨਵੀਂ ਨੀਤੀ ਵਿੱਚ ਸੋਧ ਕਰਨਾ। ਇਸ ਤੋਂ ਇਲਾਵਾ ਈ ਟ੍ਰਿਪ ਵਰਗਾ ਵਿਵਾਦਤ ਮੁੱਦਾ ਵੀ ਕੈਬਨਿਟ ਵਿੱਚ ਛਾਇਆ ਰਹੇਗਾ। ਸ਼ਹਿਰੀ ਵਿਕਾਸ ਵਿਭਾਗ ਨੇ ਮੰਤਰੀ ਮੰਡਲ ਦੀ ਸੋਧੀ ਹੋਈ ਨੀਤੀ ਦਾ ਖਰੜਾ ਭੇਜ ਦਿੱਤਾ ਹੈ, ਜਿਸ ਵਿੱਚ ਕਲੋਨੀਆਂ ਨੂੰ ਨਿਯਮਿਤ ਕਰਨ ਲਈ ਡੀਸੀ ਰੇਟ ਨੂੰ ਆਧਾਰ ਬਣਾ ਕੇ ਫੀਸ ਲਈ ਜਾਵੇਗੀ। इस तो पहला सरकार ने अणअधिकारत कलोनिया नू नियमित करन लई बहुत ज़्यादा फीस रखी हुई सी, जिसका अकाली दल दी भाईवाल पार्टी भाजपा तो इलावा होर पार्टियां भी विरोध कर रही सन। इस खबर ते साडे नाल साडे पत्रकार जगतार पुल्लर जुड़ चुके हैं। उन्होंने नाल गलबात करदे उन्हां तो पुछदे हां कि कुछ अज वेखण नू मिलेगा पंजाब मंत्री मंडल की मीटिंग दे विच। जी जगतार, अज की होण वाला है पंजाब मंत्री मंडल की मीटिंग विच अते मीटिंग किन्ने वजे शुरू होएगी? ਸੁਪਰੀਮ ਦੱਸਣਾ ਚਾਹਾਂਗੇ ਜਿਹੜੀ ਮੀਟਿੰਗ ਕੈਬਨਿਟ ਮੀਟਿੰਗ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸ਼ਾਮ ਨੂੰ ਕੋਈ 6 ਵਜੇ ਕਰੀਬ ਸ਼ੁਰੂ ਹੋ ਗਿਆ। ਸਭ ਤੋਂ ਵੱਡਾ ਏਜੰਡਾ ਹੈਗਾ ਕਿ ਜਿਹੜੀਆਂ ਗੈਰ ਕਾਨੂੰਨੀ ਪੰਜਾਬ 'ਚ ਕਲੋਨੀਆਂ ਹੈਗੀਆਂ ਉਹਨਾਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ, ਕਿਉਂਕਿ ਪੰਜਾਬ 'ਚ 5000 ਤੋਂ ਵੱਧ ਗੈਰ ਕਲੋਨੀ ਕਲੋਨੀਆਂ ਹੈਗੀਆਂ ਜਿਨ੍ਹਾਂ 'ਚ ਕਾਫ਼ੀ ਇਹ ਵਿਵਾਦਾਂ 'ਚ ਘਿਰੀਆਂ ਹੋਈਆਂ। ਔਰ ਦੂਜੇ ਪਾਸੇ ਇਹ ਕਿ ਪੰਜਾਬ ਸਰਕਾਰ ਦੇ ਇਹਨਾਂ ਨੇ ਕਾਫ਼ੀ ਟੈਕਸ ਲਗਾਏ ਜਾ ਰਹੇ ਨੇ, ਜਿਸ ਕਰਕੇ ਕੋਈ 1 ਸਾਲ ਤੋਂ ਪੰਜਾਬ 'ਚ ਜਿਹੜੇ ਗੈਰ ਕਲੋਨੀ ਕਲੋਨੀ ਹੈਗੀ ਇਹਨਾਂ ਦਾ ਕਾਰੋਬਾਰ ਬੰਦ ਹੋਇਆ ਸੀ ਔਰ ਪੰਜਾਬ ਭਰ ਵਿੱਚ ਜਿਹੜੀਆਂ ਰਜਿਸਟਰੀਆਂ ਹੈਗੀਆਂ ਵਾ ਉਹ ਬੰਦ ਹੋਈਆਂ ਸੀ, ਤੇ ਕੁੱਲ ਮਿਲਾ ਕੇ ਸਰਕਾਰ ਨੂੰ ਇਸ ਤੋਂ ਭਾਰੀ ਆਮਦਨ ਹੋਣ ਦੀ ਉਮੀਦ ਹੈਗੀ, ਤੇ ਇਸੇ ਕਰਕੇ ਸਰਕਾਰ ਨੇ ਜਿਹੜੀਆਂ ਅਣਅਧਿਕਾਰਿਤ ਕਲੋਨੀਆਂ ਹੈਗੀਆਂ ਉਹਨਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਗਿਆ। ਸ਼ਾਇਦ ਅੱਜ ਦੀ ਇਸ ਮਸਲੇ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਦੂਜੇ ਪਾਸੇ ਸਭ ਤੋਂ ਵੱਡਾ ਜਿਹੜਾ ਹੈਗਾ ਮੁੱਦਾ ਹੈਗਾ ਉਹ ਈ ਟ੍ਰਿਪ ਦਾ ਹੈਗਾ ਕਿ ਜਿੰਨੀਆਂ ਵੀ ਪੰਜਾਬ ਦੇ ਜਿਹੜੇ ਸਨਅਤ ਹੈਗੇ ਆ ਉਹ ਕਾਫ਼ੀ ਸਰਕਾਰ ਦੇ ਖਿਲਾਫ਼ ਰੋਸ ਪ੍ਰਗਟ ਕਰਦੀ ਆ ਰਹੀ ਹੈ, ਚਾਹੇ ਉਹ ਜਲੰਧਰ ਦੀ ਗੱਲ ਕੀਤੀ ਜਾਵੇ ਜਾਂ ਲੁਧਿਆਣਾ ਦੀ ਗੱਲ ਕੀਤੀ। ਜਿੱਥੇ ਜਿੱਥੇ ਈ ਟ੍ਰਿਪ ਦੇ ਨਾਲ ਜਿਹੜੇ ਲੋਕ ਜੁੜੇ ਹੈਗੇ ਨੇ, ਵਪਾਰੀ ਜੁੜੇ ਹੈਗੇ ਨੇ, ਉਹ ਸਰਕਾਰ ਨੂੰ ਘੇਰਦੇ ਆ ਰਹੇ ਹੈਗੇ ਨੇ, ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 3 ਮੰਤਰੀਆਂ ਦੇ ਅਗਵਾਈ ਹੇਠ ਇੱਕ ਕਮੇਟੀ ਬਣਾਈ ਸੀ ਜਿਹਦੇ 'ਚ ਬਿਕਰਮ ਸਿੰਘ ਮਜੀਠੀਆ ਔਰ ਅਨਿਲ ਜੋਸ਼ੀ ਹੈਗੇ ਨੇ, ਤੇ ਅੱਜ ਜਿਹੜੀ ਇਹ ਜਿਹੜੀ ਕਮੇਟੀ ਬਣਾਈ ਹੈਗੀ ਸੀ ਇਹ ਵੀ ਆਪਣੀ ਰਿਪੋਰਟ ਦੇ ਸਕਦੀ ਹੈ, ਤੇ ਸ਼ਾਇਦ ਜਿਹੜੀ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਹੈਗੀ ਉਹਦੇ 'ਚ ਵਪਾਰੀਆਂ ਨੂੰ ਕੁਝ ਨਾ ਕੁਝ ਰਾਹਤ ਦਿੱਤੀ ਜਾ ਸਕਦੀ ਹੈਗੀ। ਜੀ ਸੁਪ੍ਰੀਤ ਜੀ, ਜਗਤਾਰ, ਜੇਕਰ ਝਾਤ ਮਾਰੀ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਟੈਕਸਾਂ ਦੇ ਨਾਮ ਤੇ ਕਾਫੀ ਬੋਝ ਜਿਹੜਾ ਵਪਾਰੀਆਂ ਆਮ ਜਨਤਾ ਦੇ ਉੱਤੇ, ਜੇਕਰ ਯਾਤਰੀਆਂ ਦੀ ਗੱਲ ਕਰੀਏ ਤੇ ਅੱਜ ਬੱਸ ਦੇ ਕਿਰਾਇਆਂ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਹੈ, ਕਾਫੀ ਬੋਝ ਪਾਇਆ ਜਾ ਰਿਹਾ ਹੈ। ਕੀ ਅੱਜ ਦੀ ਮੀਟਿੰਗ ਦੌਰਾਨ ਥੋੜੀ ਰਾਹਤ ਮਿਲ ਸਕਦੀ ਹੈ, ਥੋੜੀ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ? ਲੱਗਦਾ ਨਹੀਂ ਹੈਗਾ ਕਿ ਪੰਜਾਬ ਦੀ ਜਨਤਾ ਨੂੰ ਰਾਹਤ ਮਿਲੇਗੀ। ਜਿਸ ਹਿਸਾਬ ਨਾਲ ਪੰਜਾਬ ਸਰਕਾਰ ਨੇ ਚੋਰੀ ਚੁੱਪ ਚਪੀਤੇ ਜਿਹੜੇ ਕਿਰਾਇਆ ਵਧਾ ਦਿੱਤਾ, ਕੋਈ 5% ਕਿਰਾਇਆ ਵਧਾ ਦਿੱਤਾ ਗਿਆ, ਤੇ ਜਿਸ ਨਾਲ ਲੋਕਾਂ ਦੇ ਜਿਹੜਾ ਸਫ਼ਰ ਹੈਗਾ ਉਹ ਕਾਫ਼ੀ ਮਹਿੰਗਾ ਹੋ ਗਿਆ, ਤੇ ਜਿਸ ਨਾਲ ਸਭ ਤੋਂ ਵੱਡੀ ਗੱਲ ਕਿ ਜਿਹੜਾ ਫੈਸਲਾ ਪੰਜਾਬ ਸਰਕਾਰ ਨੇ ਜਿਹੜੇ ਡੀਜ਼ਲ ਦੀ ਕੀਮਤਾਂ ਦੇ ਨੂੰ ਬਹਾਨਾ ਰੱਖ ਕੇ ਲਾਇਆ, ਕਿਉਂਕਿ ਜਿੰਨੇ ਵੀ ਪੰਜਾਬ ਦੇ ਜਿਹੜੇ ਵੱਡੇ ਵੱਡੇ ਜਿਹੜੇ ਟਰਾਂਸਪੋਰਟਰ ਹੈਗੇ ਉਹਨਾਂ ਦੇ ਦਬਾਅ ਹੇਠ ਫੈਸਲਾ ਕੀਤਾ ਗਿਆ ਹੈਗਾ, ਤੇ ਉਹਨਾਂ ਦੇ ਇਸ ਖਾਸ ਕਰਕੇ ਜਿਹੜੇ ਪ੍ਰਾਈਵੇਟ ਟਰਾਂਸਪੋਰਟ ਹੈਗੇ ਉਹਨਾਂ ਨੂੰ ਇਸ ਤੋਂ ਕਾਫ਼ੀ ਫਾਇਦਾ ਹੋਏਗਾ। ਜਿਸ ਹਿਸਾਬ ਨਾਲ ਚੁੱਪ ਚਪੀਤੇ ਸਰਕਾਰ ਨੇ ਕਿਰਾਏ ਵਧਾਏ 5% ਤੇ ਉਹਦੇ 'ਚ ਅੱਜ ਜਿਹੜੀਆਂ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਰੱਖੀ ਉਹਦੇ 'ਚ ਵੀ ਅਗਰ ਰੈਗੂਲਰ ਜਿਹੜੀਆਂ ਅਣਅਧਿਕਾਰਿਤ ਕਲੋਨੀ ਹੈਗੀਆਂ ਉਹਨਾਂ ਨੂੰ ਰੈਗੂਲਰ ਕੀਤਾ ਜਾਂਦਾ ਜਾਂ ਈ ਟ੍ਰਿਪ ਦਾ ਮਸਲਾ ਹੈਗਾ ਤੇ ਉਹਦੇ 'ਚ ਵੀ ਜਿਹੜੇ ਟੈਕਸ ਆ ਉਹ ਥੋਪੇ ਜਾ ਸਕਦੇ ਨੇ। ਸਰਕਾਰ ਦਾ ਹੁਣ ਇੱਕੋ ਇੱਕ ਮੰਸ਼ਾ ਹੈਗੀ ਹੈ ਕਿ ਜਿਹੜੀ ਸਰਕਾਰ ਦੇ ਜਿਹੜੇ ਆਮਦਨ ਸਰੋਤ ਉਹ ਵਧਾਏ ਜਾਣ, ਕਿਉਂਕਿ ਬੁਰੇ ਜਿਹੜਾ ਸਰਕਾਰੀ ਖਜ਼ਾਨਾ ਉਹਦਾ ਬੁਰੇ ਹਾਲ ਆ, ਔਰ 1 ਸਾਲ ਬਾਅਦ ਜਿਹੜੇ ਸਰਕਾਰ ਦੇ ਮੁਲਾਜ਼ਮ ਆ ਗਏ ਉਹਨਾਂ ਦੇ ਆਈਟੀਸੀ ਦੀ ਸਹੂਲਤ ਬਹਾਲ ਕੀਤੀ ਗਈ ਹੈ, ਤੇ ਉਹ ਸਰਕਾਰ ਕਿਤੇ ਨਾ ਕਿਤੇ ਪੈਸੇ ਇਕੱਠੇ ਕਰ ਰਹੀ ਹੈਗੇ, ਤੇ ਜਿਹੜੀ ਸਰਕਾਰ ਆਪਣਾ ਖਜ਼ਾਨਾ ਭਰੇਗੀ ਤੇ ਸੁਭਾਵਿਕ ਤੌਰ ਤੇ ਜਿਹੜਾ ਖਜ਼ਾਨਾ ਭਰਨ ਦਾ ਜਿਹੜਾ ਤਰੀਕਾ ਹੈਗਾ ਉਹ ਪੰਜਾਬ ਦੀ ਜਨਤਾ ਤੇ ਬੋਝ ਰਾਹੀਂ ਹੀ ਪੂਰਾ ਕੀਤਾ ਜਾਵੇਗਾ। ਜੀ ਸੁਪ੍ਰੀਤ ਜੀ, ਜਗਤਾਰ, ਬਹੁਤ ਬਹੁਤ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।